ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਬਾ ਕਾਮ ਹਸੀਨ ਜੀ ਦੇ ਨਾਲ, ਜਿਹੜੇ ਕਿ 20 ਸਾਲਾਂ ਦੇ ਲਈ ਗੁਫਾ ਦੇ ਵਿੱਚ ਜਾਣ ਵਾਲੇ ਨੇ। ਇਹ ਹੈ ਬਾਬਾ ਜੀ ਦੀ ਸਿਕਿਉਰਿਟੀ, ਜਿਨ੍ਹਾਂ ਦੇ ਹੁਕਮ ਤੋਂ ਬਿਨਾ ਪਰਿੰਦਾ ਵੀ ਪਰ ਨਹੀਂ ਮਾਰਦਾ। ਇਹ ਨੇ ਬਾਬਾ ਕਾਮ ਹਸੀਨ ਜੀ, ਜਿਨ੍ਹਾਂ ਦੇ ਨਾਲ ਅੱਜ ਅਸੀਂ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਬਾ ਜੀ ਥੋੜ੍ਹੇ ਜਿਹੇ ਬਿਜ਼ੀ ਨੇ। ਹਾਂਜੀ ਬਾਬਾ ਜੀ, ਸਾਡਾ ਅੱਜ ਦਾ ਪਹਿਲਾ ਸਵਾਲ, ਸਾਡੇ ਦਰਸ਼ਕ ਬੜੀ ਬੇਸਬਰੀ ਦੇ ਨਾਲ ਜਾਣਨਾ ਚਾਹੁੰਦੇ ਨੇ ਕਿ ਤੁਹਾਡਾ ਨਾਮ ਕਾਮ ਹਸੀਨ ਕਿਵੇਂ ਪਿਆ? ਰਿੰਕੂ ਜੀ, ਸਾਡੇ ਕੰਮੇ ਬੜੇ ਹਸੀਨ ਹੈ, ਯਾਦ ਆਉਂਦੇ ਆ ਕੰਮ ਉਹ। ਮੇਰੇ ਕਹਿਣ ਤੋਂ ਮਤਲਬ ਹੈ ਰਿੰਕੂ ਜੀ ਕਿ ਬਈ ਆਪਾਂ ਜਿਹੜੇ ਕੰਮ ਦੱਸਦੇ ਹਾਂ ਉਹ ਬੜੇ ਹਸੀਨ ਦੱਸਦੇ ਹਾਂ, ਸਾਰੀ ਸੰਗਤ ਆਪਾਂ ਨੂੰ ਪਿਆਰ ਕਰਦੀ ਹੈ ਸਾਰੀ ਦੀ ਸਾਰੀ। ਬਾਬਾ ਜੀ ਸਾਡਾ ਅੱਜ ਦਾ ਦੂਸਰਾ ਸਵਾਲ, ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਸ਼ਾਦੀਸ਼ੁਦਾ ਹੋ ਤੇ ਤੁਹਾਡਾ ਪਰਿਵਾਰ ਕਿੱਥੇ ਹੈ? ਰਿੰਕੂ ਜੀ, 100 ਹੱਥ ਰੱਸੀ ਸਿਰੇ ਤੇ ਗੰਢ, ਸਵਾਲ ਕੁਛ ਚੱਜਦੇ ਨਹੀਂ ਮੂੰਹ ਤੇ ਪਉਂਗੀ ਚੰਡ। ਬਾਬਾ ਜੀ ਸ਼ਾਇਦ ਆਪਣੇ ਪਰਿਵਾਰ ਬਾਰੇ ਕੁਝ ਵੀ ਦੱਸਣਾ ਨਹੀਂ ਚਾਹੁੰਦੇ। ਰਿੰਕੂ ਜੀ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਡੇਰੇ ਦੇ ਵਿੱਚ 5 ਕਰੋੜ ਸ਼ਰਧਾਲੂ ਆਉਂਦੇ ਨੇ, ਸਾਰਾ ਮੇਰਾ ਹੀ ਤਾਂ ਪਰਿਵਾਰ ਹੈ। ABC ਨਿਊਜ਼ ਤੇ ਸਭ ਤੋਂ ਪਹਿਲਾਂ ਬਹੁਤ ਹੀ ਵੱਡੀ ਖਬਰ, ਬਾਬਾ ਜੀ ਦਾ ਪਰਿਵਾਰ 5 ਕਰੋੜ ਦਾ। ਤੁਸੀਂ ਐਡੇ ਵੱਡੇ ਪਰਿਵਾਰ ਨੂੰ ਕਿਵੇਂ ਦੇਖਦੇ ਹੋ? ਵੀਰ, ਬਜ਼ੁਰਗ, ਬੱਚੇ ਤੇ ਬੀਬੀਆਂ ਦਾ ਅਸੀਂ ਬਹੁਤ ਹੀ ਖਾਸ ਧਿਆਨ ਰੱਖਦੇ ਹਾਂ। ਪਰਿਵਾਰ ਆਪਣਾ ਹੈ। ਸਾਨੂੰ ਪਤਾ ਲੱਗਿਆ ਕਿ ਤੁਹਾਡੇ ਕੋਲ ਕਰੋੜਾਂ ਦੀ ਸੰਪਤੀ ਹੈ ਤੇ ਤੁਸੀਂ ਕਦੇ ਟੈਕਸ ਵੀ ਨਹੀਂ ਜਮ੍ਹਾਂ ਕਰਵਾਉਂਦੇ। ਜੇ ਕੱਲ੍ਹ ਨੂੰ ਤੁਹਾਡੇ ਤੇ ਕੋਈ ਰੇਡ ਪੈਂਦੀ ਹੈ ਤਾਂ ਤੁਸੀਂ ਕੀ ਕਰੋਗੇ? ਦੰਨੇ ਆ ਜਵਾਬ। ਸਿਕਿਉਰਿਟੀ, ਇੱਕ ਪੈਗ ਬਣਾਓ ਬਾਬਿਆਂ ਨੂੰ। ਸਰਕਾਰੇ ਦਰਬਾਰੇ ਆਪਣੀ ਚੱਲਦੀ, ਆ ਮੰਤਰੀ ਸ਼ੰਤਰੀ ਨਿਤ ਸਾਡੀ ਕੋਠੀ ਵਿੱਚ ਜਾ ਕੇ ਗੋਡੀ ਹੱਥ ਲਾਉਂਦੇ ਨੇ। ਹੈ ਕਿੰਨੇ ਮੁੱਲ ਖਰੀਦਣੇ ਬੰਦੇ, ਅੱਧ ਦੇ ਵੱਧ ਤਾਂ ਇੱਥੇ ਵਿਕਾਊ ਨੇ। ਹੈ ਕਿਹੜੇ ਨੇ ਰੇਟ ਮਾਰਨੇ ਆ, ਕੁਛ ਨਹੀਂ ਹੁੰਦਾ ਇੱਥੇ। ਹੋਰ ਪੁੱਛੋ ਕੀ ਪੁੱਛਣਾ ਤੁਸੀਂ। ਹਾਂਜੀ ਬਾਬਾ ਜੀ, ਤੁਸੀਂ ਇਹ ਕਹਾਵਤ ਤਾਂ ਜ਼ਰੂਰ ਸੁਣੀ ਹੋਣੀ ਹੈ ਕਿ ਜੇ ਮਾੜੇ ਦਿਨ ਹੋਣ ਤਾਂ ਊਂਠ ਤੇ ਬੈਠੇ ਵੀ ਕੁੱਤਾ ਕੱਟ ਜਾਂਦਾ, ਜੇ ਚੰਗੇ ਦਿਨ ਹੋਣ ਤਾਂ ਸਾਰਾ ਦਿਨ ਕੁੱਤੇ ਦੇ ਝੂਟੀ ਜਾਓ ਤੇ ਉਹ ਕੁਛ ਵੀ ਨਹੀਂ ਕਹਿੰਦਾ। ਤੁਹਾਡੇ ਡੇਰੇ ਦੇ ਵਿੱਚ ਬਹੁਤ ਜਵਾਨ ਕੁੜੀਆਂ ਰਹਿੰਦੀਆਂ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਰਿੰਕੂ ਜੀ, ਜਿਹੜੀਆਂ ਕੁੜੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਮਾਤਾ ਪਿਤਾ ਦਾ ਸਾਡੇ ਤੇ ਵਿਸ਼ਵਾਸ ਬਹੁਤ ਬਣਿਆ ਹੋਇਆ ਹੈ। ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕਦੇ ਇਹਨਾਂ ਨੂੰ ਨਿਰਾਸ਼ ਨਹੀਂ ਕਰਨਗੇ, ਹਮੇਸ਼ਾ ਇਹਨਾਂ ਦਾ ਧਿਆਨ ਰੱਖਣਗੇ। ਬਸ ਹੁਣ ਗੱਲਾਂ ਨਾ ਕਰੋ ਇਹਨਾਂ ਦੇ ਬਾਰੇ ਹੋਰ, ਬਸ ਸਾਡਾ ਧਿਆਨ ਲਾਉਣ ਨੂੰ ਚਿੱਤ ਕਰਦਾ ਜੀ ਹੁਣ। ਸਿਕਿਉਰਿਟੀ, ਪੈਕ ਬਣਾਓ। ਹਾਂਜੀ ਬਾਬਾ ਜੀ, ਅਕਸਰ ਦੇਖਿਆ ਜਾਂਦਾ ਹੈ ਕਿ ਤੁਹਾਡੇ ਡੇਰੇ ਦੇ ਵਿੱਚ ਹਰ ਰੋਜ਼ ਲੱਖਾਂ ਹੀ ਸ਼ਰਧਾਲੂ ਆਉਂਦੇ ਹਨ, ਤੇ ਉਹ ਇੱਥੇ ਆ ਕੇ ਕੀ ਹਾਸਲ ਕਰਦੇ ਨੇ? ਰਿੰਕੂ ਜੀ, ਜਿੰਨੇ ਵੀ ਸ਼ਰਧਾਲੂ ਸਾਡੇ ਕੋਲ ਆਉਂਦੇ ਨੇ ਉਹਨਾਂ ਦੇ ਇੱਥੇ ਆਉਣ ਤੇ ਕਿਰਪਾ ਸ਼ੁਰੂ ਹੋ ਜਾਂਦੀ ਹੈ। ਜਦੋਂ ਦਾ ਦੇਖੋ ਪਤਾ ਲੱਗਿਆ ਵੀ ਅਸੀਂ 20 ਸਾਲ ਦੇ ਲਈ ਗੁਫਾ ਦੇ ਵਿੱਚ ਜਾ ਰਹੇ ਹਾਂ, ਉਦੋਂ ਦੀ ਸਾਰੇ ਲੋਕਾਂ ਤੇ ਕਿਰਪਾ ਸ਼ੁਰੂ ਹੋ ਗਈ। ਕਿਵੇਂ ਕਿਰਪਾ ਸ਼੍ਰੀ ਹੋ ਗਈ? ਦੇਖੋ ਕਿੰਨੇ ਵਾਲ ਕੱਟ ਹੁੰਦੇ ਸੀਗੇ, ਪਤਾ ਲੱਗਦਾ ਸੀ? ਆ ਜਦੋਂ ਦਾ ਹੁਣ ਪਤਾ ਲੱਗਿਆ ਲੋਕਾਂ ਨੂੰ ਵੀ ਬਾਬਾ ਜੀ 20 ਸਾਲ ਵਾਸਤੇ ਅੰਦਰ ਜਾ ਰਹੇ ਨੇ, ਕਿਸੇ ਦੇ ਵਾਲ ਕੱਟਣ ਦੀ ਖਬਰ ਆਈ ਹੈ? ਨਹੀਂ ਆਈ ਨਾ? ਨਹੀਂ। ਇਦਾਂ ਦੀ ਕਿਰਪਾ ਸਾਡੇ ਵਾਲੇ ਮਹਾਂਪੁਰਸ਼ਾਂ ਕੋਲ ਤੇ ਹੁੰਦੀ ਰਹਿੰਦੀ ਹੈ। ਤੇ ਜਦੋਂ ਕਿਤੇ ਸਾਨੂੰ ਬਾਬਾ ਜੀ ਨੂੰ ਕਿਤੇ ਸਾਨੂੰ ਕ੍ਰੋਧ ਆ ਜਾਵੇ ਨਾ, ਤਾਂ 3-3 ਦਿਨ ਵਾਸਤੇ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਨੈੱਟ ਵੀ ਬੰਦ ਹੋ ਜਾਂਦਾ। ਤੇ ਜਦੋਂ ਸਾਡੀ ਕਿਰਪਾ ਹੁੰਦੀ, ਸਾਡੀ ਸ਼ਾਂਤੀ ਆਉਂਦੀ ਹੈ ਮਨ ਨੂੰ, ਫਿਰ ਉਸੇ ਸਮੇਂ ਨੈੱਟ ਚੱਲ ਵੀ ਹੋ ਜਾਂਦਾ ਹੈ। ਹਾਂਜੀ ਬਾਬਾ ਜੀ, ਇੱਕ ਆਖਰੀ ਸਵਾਲ, ਤੁਸੀਂ ਇਹ ਦੱਸੋ ਕਿ ਤੁਹਾਡੇ ਡੇਰੇ ਦੇ ਵਿੱਚ ਤੁਹਾਡੇ ਜਿਹੜੇ ਖਾਸ ਸ਼ਰਧਾਲੂ ਨੇ ਉਹ ਨਾ ਮਰਦ ਨੇ, ਇਹਨਾਂ ਦਾ ਕੀ ਕਾਰਨ ਹੈ? ਰਿੰਕੂ ਜੀ, ਜੰਗਲ ਦੇ ਵਿੱਚ ਰਾਜਾ ਤਾਂ ਇੱਕੋ ਹੁੰਦਾ ਜੋ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉਹ ਸਾਰਿਆਂ ਨੂੰ ਰਾਜਾ ਨਹੀਂ ਬਣਨਾ ਚਾਹੀਦਾ, ਇੱਦਾਂ ਡੇਰੇ ਨਹੀਂ ਚੱਲਦੇ ਹੈਗੇ। ਸਿਕਿਉਰਿਟੀ। ਹਾਂਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਲਈ ਸਮਾਂ ਕੱਢਣ ਦੇ ਲਈ। ਇਹ ਸੀ ਬਾਬਾ ਕਾਮ ਹਸੀਨ ਜੀ ਦੇ ਨਾਲ ਇੱਕ ਖਾਸ ਮੁਲਾਕਾਤ। ਇਸ ਇੰਟਰਵਿਊ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਰਿਪੋਰਟਰ ਰਿੰਕੂ, ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ABC ਨਿਊਜ਼।